ਮੁਹਾਲੀ ਤੋਂ ਸ਼ੁਰੂਆਤ ਕੀਤੀ ਗਈ ਸੀ ਤੇ ਉਹ ਬਿਕਰਮਜੀਤ ਸਿੰਘ ਕਹਿੰਦੇ ਵੀ ਇਹ ਜ਼ਮੀਨ ਮੇਰੀ ਆ, ਨਜਾਇਜ਼ ਕਰ ਰਿਹਾ ਮੰਤਰੀ ਸਾਹਿਬ ਆ ਕੇ ਬਾਪੂ ਦੀ। ਹਾਂਜੀ ਉਹਦੇ ਬਾਪੂ ਦੀ ਮਾਲਕ ਹੈ ਲੋਕਾਂ ਦੀ ਜ਼ਮੀਨਾਂ ਕਹਿੰਦੇ ਸਾਡੀ। ਨੋਟਿਸ ਭੇਜਾਂਗਾ ਮੈਂ ਬੇਟਾ ਸਾਹਿਬ, ਕੋਈ ਗੱਲ ਨਹੀਂ ਜੀ, ਪੰਜਾਬ ਲਈ ਕਰਵਾਉਣ ਹੋਣ ਦੀ ਤਿਆਰ ਹੈ, ਨੋਟਿਸ ਦਾ ਕੋਈ ਚੱਕਰ ਨਹੀਂ। ਸੱਤਰ ਕਰਾਰ ਹੈ, ਸੱਤ ਬੰਦੇ ਜ਼ਮੀਨ ਹੈ ਪੰਚਾਇਤੀ ਰਾਜ, ਇਹ ਖਾਲੀ ਕਰਾਈ ਹੈ। ਸਾਡੇ ਮਾਨਯੋਗ ਮੁੱਖ ਮੰਤਰੀ ਵਰਤਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਪੰਚਾਇਤੀ ਰਾਜ ਉਹ ਖਾਲੀ ਕਰਾਉਂਦੇ, ਜਿਵੇਂ ਖਾਲੀ ਹੋ ਗਈ ਹੈ ਇਹਦੀ ਹੁਣ ਬੋਲੀ ਹੋ ਗਈ, ਬਸ ਸਾਰੇ ਪੰਜਾਬ 'ਚ ਮਹਿਕਮਾ ਲੱਗ ਗਿਆ ਜੀ। ਆਪਾਂ ਹਰ ਥਾਂ 'ਤੇ ਬੋਲੀ ਕਰਾਉਣ ਨੂੰ ਜਿਹੜਾ ਆਮਦਨ ਜਿਹੜੀ ਹੈ ਪੰਚਾਇਤਾਂ 'ਚ ਉਹ ਬਣੀ। ਸਾਡੇ ਲਈ ਇਹ ਸਵਾਲ ਦੀ ਕਿਹੜੀ ਪਾਰਟੀ ਹੈ, ਬੰਦਾ ਕੌਣ ਆ, ਕਿੱਦਾਂ ਦਾ ਵੱਡਾ ਨਿੱਕਾ, ਸਾਡੇ ਲਈ ਇਹ ਆ ਕਿ ਅਸੀਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਇਹ ਖਾਲੀ ਕਰ। ਸਰ ਕਿਸ ਮਕਸਦ ਨੂੰ ਲੈ ਕੇ ਵਿਜਿਟ ਕੀਤੀ ਗਈ ਇਸ ਸਾਡੀ ਸੱਤਰ ਕਰਾਰ ਆ, ਸੱਤ ਬੰਦੇ ਜ਼ਮੀਨ ਹੈ ਪੰਚਾਇਤੀ ਰਾਜ, ਇਹ ਖਾਲੀ ਕਰਾਈ ਹੈ। ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਪੰਚਾਇਤੀ ਰਾਜ ਉਹ ਖਾਲੀ ਕਰਾਉਂਦੇ, ਉਹਦੇ ਕਰਕੇ ਅਸੀਂ ਆਏ ਸੀਗੇ, ਜਿਵੇਂ ਖਾਲੀ ਹੋ ਗਈ ਆ ਇਹਦੀ ਹੁਣ ਬੋਲੀ ਹੋ ਗਈ ਬਸ। ਹੋਰ ਕਿੰਨੀਆਂ ਥਾਵਾਂ 'ਤੇ ਕਰਾਈਆਂ ਜਾ ਰਹੀਆਂ, ਕਿਉਂਕਿ ਪੰਜਾਬ 'ਚ ਕਾਫੀ ਬਹੁਤ ਥਾਵਾਂ 'ਤੇ, ਸਾਰੇ ਪੰਜਾਬ 'ਚ ਮਹਿਕਮਾ ਲੱਗ ਗਿਆ ਜੀ। ਆਪਾਂ ਹਰ ਥਾਂ 'ਤੇ ਬੋਲੀ ਕਰਾਵਾਂਗੇ, ਪੈਰੀਆਂ ਨੂੰ ਜਿਹੜਾ ਆਮਦਨ ਜਿਹੜੀ ਆ ਪੰਚਾਇਤਾਂ ਦੀ ਉਹ ਵਧੂਗੀ, ਠੀਕ ਹੈ ਕਿ ਨਹੀਂ। ਕਾਫੀ ਜ਼ਮੀਨਾਂ ਵੱਡੇ ਲੋਕਾਂ ਨੇ ਸਿਆਸਤਦਾਨਾਂ ਨੇ ਦੱਬੀਆਂ, ਉਹਨਾਂ ਨੇ ਨਜਾਇਜ਼ ਕਬਜ਼ੇ ਕਰਵਾਏ ਜੀ। ਸਭ ਕੋਲ ਵੱਡਾ ਹੋਵੇ ਛੋਟਾ ਹੋਵੇ, ਸਾਡੇ ਲਈ ਇਹ ਸਵਾਲ ਦੀ ਕਿਹੜੀ ਪਾਰਟੀ ਹੈ, ਬੰਦਾ ਕੌਣ ਆ, ਕਿੱਦਾਂ ਦਾ ਵੱਡਾ ਨਿੱਕਾ, ਸਾਡੇ ਲਈ ਇਹ ਆ ਕਿ ਅਸੀਂ ਜਿਹੜੀ ਪੰਚਾਇਤੀ ਜ਼ਮੀਨਾਂ ਇਹ ਖਾਲੀ ਕਰ। ਮੁਹਾਲੀ ਤੋਂ ਸ਼ੁਰੂਆਤ ਕੀਤੀ ਗਈ ਸੀ ਤੇ ਉਹ ਬਿਕਰਮਜੀਤ ਸਿੰਘ ਕਹਿੰਦੇ ਵੀ ਇਹ ਜ਼ਮੀਨ ਮੇਰੀ ਆ, ਨਜਾਇਜ਼ ਕਰ ਰਿਹਾ ਮੰਤਰੀ ਸਾਹਿਬ ਆ ਕੇ ਬਾਪੂ ਦੀ। ਹਾਂਜੀ ਉਹਦੇ ਬਾਪੂ ਦੀ, ਉਹਨੂੰ ਪੁੱਛਿਆ ਜ਼ਮੀਨਾਂ ਜਿਹੜੀਆਂ ਹੁੰਦੀਆਂ ਦਾਦਿਆਂ ਪੜਦਾਦਿਆਂ ਦੀ ਹੁੰਦੀਆਂ, ਉਹਨੂੰ ਕਹੋ ਪੁੱਛੋ ਉਹ ਆਪਣਾ ਨਾਂ ਦੱਸੇ, ਮਾਲਕ ਹੈ ਲੋਕਾਂ ਦੀਆਂ ਜ਼ਮੀਨਾਂ ਕਹਿੰਦੇ ਸਾਡੀ। ਨੋਟਿਸ ਭੇਜਾਂਗਾ ਮੈਂ ਬੇਟਾ ਸਾਹਿਬ, ਕੋਈ ਗੱਲ ਨਹੀਂ ਜੀ, ਪੰਜਾਬ ਲਈ ਕਰਵਾਉਣ ਹੋਣ ਦੀ ਤਿਆਰ ਹੈ, ਨੋਟਿਸ ਦਾ ਕੋਈ ਚੱਕਰ ਨਹੀਂ। ਮੁਹਾਲੀ ਤੋਂ ਸ਼ੁਰੂਆਤ ਕੀਤੀ ਗਈ ਸੀ ਤੇ ਉਹ ਬਿਕਰਮਜੀਤ ਸਿੰਘ ਕਹਿੰਦੇ ਵੀ ਇਹ ਜ਼ਮੀਨ ਮੇਰੀ ਆ, ਨਜਾਇਜ਼ ਕਰ ਰਿਹਾ ਮੰਤਰੀ ਸਾਹਿਬ ਆ ਕੇ ਬਾਪੂ ਦੀ। ਹਾਂਜੀ ਉਹਦੇ ਬਾਪੂ ਦੀ ਸੱਤਰ ਕਰਾਰ ਆ, ਸੱਤ ਬੰਦੇ ਜ਼ਮੀਨ ਹੈ ਪੰਚਾਇਤੀ ਰਾਜ, ਇਹ ਖਾਲੀ ਕਰਾਈ ਹੈ। ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਪੰਚਾਇਤੀ ਰਾਜ ਉਹ ਖਾਲੀ ਕਰਾਉਂਦੇ, ਜਿਵੇਂ ਖਾਲੀ ਹੋ ਗਈ ਹੈ ਇਹਦੀ ਹੁਣ ਬੋਲੀ ਹੋ ਗਈ, ਬਸ ਸਾਰੇ ਪੰਜਾਬ 'ਚ ਮਹਿਕਮਾ ਲੱਗ ਗਿਆ ਜੀ। ਆਪਾਂ ਹਰ ਥਾਂ 'ਤੇ ਬੋਲੀ ਕਰਾਵਾਂਗੇ, ਪੈਰੀਆਂ ਨੂੰ ਜਿਹੜਾ ਆਮਦਨ ਜਿਹੜੀ ਆ ਪੰਚਾਇਤਾਂ ਦੀ ਉਹ ਬਣੂ। ਸਾਡੇ ਲਈ ਇਹ ਸਵਾਲ ਦੀ ਕਿਹੜੀ ਪਾਰਟੀ ਹੈ, ਬੰਦਾ ਕੌਣ ਆ, ਕਿੱਦਾਂ ਦਾ ਵੱਡਾ ਨਿੱਕਾ, ਸਾਡੇ ਲਈ ਇਹ ਆ ਕਿ ਅਸੀਂ ਜਿਹੜੀ ਆ ਪੰਚਾਇਤੀ ਜ਼ਮੀਨਾਂ ਇਹ ਖਾਲੀ। ਸਰ ਕਿਸ ਮਕਸਦ ਨੂੰ ਲੈ ਕੇ ਵਿਜਿਟ ਕੀਤੀ ਗਈ ਇਸ ਸਾਡੀ ਸੱਤਰ ਕਰਾਰ ਆ, ਸੱਤ ਬੰਦੇ ਜ਼ਮੀਨ ਹੈ ਪੰਚਾਇਤੀ ਰਾਜ, ਇਹ ਖਾਲੀ ਕਰਾਈ ਹੈ। ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਪੰਚਾਇਤੀ ਰਾਜ ਉਹ ਖਾਲੀ ਕਰਾਉਂਦੇ, ਉਹਦੇ ਕਰਕੇ ਅਸੀਂ ਆਏ ਸੀਗੇ, ਜਿਵੇਂ ਖਾਲੀ ਹੋ ਗਈ ਆ ਇਹਦੀ ਹੁਣ ਬੋਲੀ ਹੋ ਗਈ, ਬਸ। ਹੋਰ ਕਿੰਨੀਆਂ ਥਾਵਾਂ 'ਤੇ ਕਰਾਈਆਂ ਜਾ ਰਹੀਆਂ, ਕਿਉਂਕਿ ਪੰਜਾਬ 'ਚ ਕਾਫੀ ਬਹੁਤ ਥਾਵਾਂ 'ਤੇ, ਸਾਰੇ ਪੰਜਾਬ 'ਚ ਮਹਿਕਮਾ ਲੱਗ ਗਿਆ ਜੀ। ਆਪਾਂ ਹਰ ਥਾਂ 'ਤੇ ਬੋਲੀ ਕਰਾਵਾਂਗੇ, ਪੈਰੀਆਂ ਨੂੰ ਜਿਹੜਾ ਆਮਦਨ ਜਿਹੜੀ ਆ ਪੰਚਾਇਤਾਂ ਦੀ ਉਹ ਵਧੂ, ਠੀਕ ਹੈ ਕਿ ਨਹੀਂ। ਕਾਫੀ ਜ਼ਮੀਨਾਂ ਵੱਡੇ ਲੋਕਾਂ ਨੇ ਸਿਆਸਤਦਾਨਾਂ ਨੇ ਦੱਬੀਆਂ, ਉਹਨਾਂ ਨੇ ਨਜਾਇਜ਼ ਕਬਜ਼ੇ ਕਰਵਾਏ ਜੀ। ਸਭ ਕੁਝ ਵੱਡਾ ਹੋਵੇ ਛੋਟਾ ਹੋਵੇ, ਸਾਡੇ ਲਈ ਇਹ ਸਵਾਲ ਦੀ ਕਿਹੜੀ ਪਾਰਟੀ ਹੈ, ਬੰਦਾ ਕੌਣ ਆ, ਕਿੱਦਾਂ ਦਾ ਵੱਡਾ ਨਿੱਕਾ, ਸਾਡੇ ਲਈ ਇਹ ਆ ਕਿ ਅਸੀਂ ਜਿਹੜੀ ਆ ਪੰਚਾਇਤੀ ਜ਼ਮੀਨਾਂ ਇਹ ਖਾਲੀ ਕਰ। ਮੁਹਾਲੀ ਤੋਂ ਸ਼ੁਰੂਆਤ ਕੀਤੀ ਗਈ ਸੀ ਤੇ ਉਹ ਬਿਕਰਮਜੀਤ ਸਿੰਘ ਕਹਿੰਦੇ ਵੀ ਇਹ ਜ਼ਮੀਨ ਮੇਰੀ ਆ, ਨਜਾਇਜ਼ ਕਰ ਰਿਹਾ ਮੰਤਰੀ ਸਾਹਿਬ ਆ ਕੇ ਬਾਪੂ ਦੀ। ਹਾਂਜੀ ਉਹਦੇ ਬਾਪੂ ਦੀ, ਉਹਨੂੰ ਪੁੱਛਿਆ ਜ਼ਮੀਨਾਂ ਜਿਹੜੀਆਂ ਹੁੰਦੀਆਂ ਦਾਦਿਆਂ ਪੜਦਾਦਿਆਂ ਦੀ ਹੁੰਦੀਆਂ, ਉਹਨੂੰ ਕਹੋ ਪੁੱਛੋ ਉਹ ਆਪਣਾ ਨਾਂ ਦੱਸੇ, ਮਾਲਕ ਹੈ ਲੋਕਾਂ ਦੀਆਂ ਜ਼ਮੀਨਾਂ ਕਹਿੰਦੇ ਸਾਡੀ। ਨੋਟਿਸ ਭੇਜਾਂਗਾ ਮੈਂ ਬੇਟਾ ਸਾਹਿਬ, ਕੋਈ ਗੱਲ ਨਹੀਂ ਜੀ, ਪੰਜਾਬ ਲਈ ਕਰਵਾਉਣ ਹੋਣ ਦੀ ਤਿਆਰ ਹੈ, ਨੋਟਿਸ ਦਾ ਕੋਈ ਚੱਕਰ ਨਹੀਂ।